बीते दिन ही भिखीवंड अधीन पेंदे पिंड सुरसिंह तो सिवेच बल दी लाश नूं पुलिस कढ के लै गई सी। अज मुड़ तो परिवार ने अंतिम रस्मां दोहराईआं ने। सेरा बन के उस पुत नूं मां ने विदा किता है जिस पुत दा 25 फरवरी नूं व्याह होना सी। किथे बरात तोड़नी सी ते अज उस मां ने अपने पुत दी लाश तोड़ी है। दरअसल ये मामला भिखीवंड दा है जिथे कि परिवारक मैंबरां वल्लों इल्जाम लगाए जा रहे ने कि उन्हां दे पुत दा ताई अते उसदे पुत वल्लों कतल कर दिता गया। 21 साल दे भतीजे दा कतल करन तों बाद आनन फानन च उसदा संस्कार किया जा रहा सी। पुलिस मौके ते पहुंचती है अते मृतक दी देह नूं अपने कब्जे विच लै जांदी है। ਹਾਂਜੀ ਵੀਰ ਜੀ, ਕੀ ਨਾਮ ਹੈ ਆਪਣਾ? ਮਨਿੰਦਰ ਸਿੰਘ। ਜਿਹੜਾ ਹਰਦੀਪ ਸਿੰਘ ਲੜਕਾ ਜਿਹਦਾ ਕਤਲ ਹੋਇਆ ਸੀਗਾ, ਕੀ ਲੱਗਦਾ ਸੀਗਾ ਤੁਹਾਡਾ? ਇਹਨਾਂ ਨੇ ਕੀਤਾ ਵਾ ਕੋਈ, ਪਹਿਲਾਂ 10 ਦਿਨ ਪਹਿਲਾਂ ਮੇਰੀ ਭੈਣ ਆਈ ਇੱਥੇ ਨਾ ਸੱਦਿਆ ਵਾ, ਉਹਨੂੰ ਕਹਿੰਦੇ ਵੀ ਇੱਥੇ ਲਿਖ ਕੇ ਦੇ ਕੇ ਜਾ ਵੀ ਜੇ ਕੱਲ ਨੂੰ ਕੋਈ ਇਹਨੂੰ ਹੋ ਜੇ ਤੇ ਤੂੰ ਕੋਈ ਕਾਰਵਾਈ ਨਹੀਂ ਕਰੇਗੀ। ਇਹਨੂੰ ਮੈਂ ਸਗੋਂ ਇਹ ਗੱਲ ਕਹੀ ਵੀ ਤੂੰ ਥਾਣੇ ਲਿਖਾ ਆਉਂਦੇ ਮਾੜਾ ਜਿਹਾ। ਅੱਛਾ। ਉਹ 10 ਦਿਨ ਨਹੀਂ ਲੰਘੇ ਤੇ ਇਹ ਸਾਨੂੰ ਮੁੜ ਕੇ ਖੂਨ ਗਿਆ ਇੱਦਾਂ ਜਾਂਦੇ ਵੀ ਦੀਪ ਮਾਰ ਗਿਆ ਵਾ ਤੇ ਪਾ ਲਓ ਮਾਰਿਆ ਗਿਆ ਨਾ ਆਹ ਮਾਰਿਆ ਵਾ ਇਹ ਨਹੀਂ ਪਤਾ ਹੁਣ ਇਹਨਾਂ ਨੇ ਗਲ ਘੁੱਟ ਕੇ ਮਾਰਿਆ ਫਾਹ ਕਰਕੇ ਮਾਰਿਆ ਕਤਲ ਹੋਇਆ ਉਹਦਾ। ਸਰ ਮੁੰਡੇ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਹੈ ਤੇ ਕੀ ਪੁਲਿਸ ਵੱਲੋਂ ਜਿਹੜੀ ਕਾਰਵਾਈ ਗ੍ਰਿਫਤਾਰੀਆਂ ਲਈ ਅੱਜ ਤੱਕ ਕੋਈ ਗ੍ਰਿਫਤਾਰ ਕੀ ਮੰਗ ਕਰਦੇ ਹੋ? ਇਹੋ ਮੰਗ ਕਰਦੇ ਹਾਂ ਬਸ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਏ। ਹਾਂਜੀ ਮਾਤਾ ਜੀ, ਅੱਜ ਹਰਦੀਪ ਸਿੰਘ ਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਵਾ ਤੁਹਾਡੇ ਇੱਥੇ ਪਿੰਡ ਦੇ ਵਿੱਚ, ਕਿੱਦਾਂ ਹੈ ਜਿਹੜਾ ਕਤਲ ਕੀਤਾ ਗਿਆ ਹੈ ਉਹਦਾ ਕੀ ਕੋਈ ਪੁਲਿਸ ਨੇ ਬੰਦੇ ਗ੍ਰਿਫਤਾਰ ਕੀਤੇ ਆ? ਨਹੀਂ ਅਜੇ ਵੀ ਗ੍ਰਿਫਤਾਰ ਨਹੀਂ ਕੀਤੇ ਅਜੇ ਕੋਈ ਨਹੀਂ। ਕੀ ਕਾਰਨ ਗਿਣਦੇ ਜੋ? ਕਾਰਨ ਮੈਂ ਇਹੋ ਗਿਣਦੀ ਜਿਹੜਾ ਮੁੰਡਾ ਇਹਨਾਂ ਦਾ ਬਾਹਰੋਂ ਆਇਆ ਉਹਨੇ ਮਾਰਿਆ ਕੇ। ਅੱਛਾ। ਨਾਲ ਜਗਤਾਰ ਸਿੰਘ ਤੇ ਅਵਤਾਰ ਸਿੰਘ ਤੇ ਸ਼ਮਸ਼ੇਰ ਸਿੰਘ ਨੇ, ਇਹਨਾਂ ਨੇ ਤਿੰਨਾਂ ਨੇ ਮੇਰੇ ਪੁੱਤ ਨੂੰ ਮਾਰਿਆ। ਤਿੰਨਾਂ ਨੇ ਮਾਰਿਆ ਮੇਰੇ ਪੁੱਤ ਨੂੰ, ਮੈਂ ਇਹੋ ਹੀ ਆਂਦੀ ਜੀ ਬਾਰ ਬਾਰ। ਪੁਲਿਸ ਦਾ ਕਹਿਣਾ ਵੀ ਅਸੀਂ ਮਤਲਬ ਕਿ ਛਾਪੇਮਾਰੀ ਕਰ ਰਹੇ ਹਾਂ ਪਰ ਘਰ ਦੇ ਵਿੱਚ ਜਿਹੜੇ ਆ ਜਿੰਦਰੇ ਲੱਗੇ ਹੋਏ ਆ। ਬਾਹਰ ਵਾਲੇ ਨੂੰ ਬਾਹਰ ਨਹੀਂ ਜਾਣ ਦੇਣਾ। ਕੀ ਕਿਹੜਾ ਬੰਦਾ ਹੈ ਜਿਹੜਾ ਬਾਹਰੋਂ ਆਇਆ ਜੀ? ਸ਼ਮਸ਼ੇਰ ਸਿੰਘ। ਅੱਛਾ। ਸ਼ਮਸ਼ੇਰ ਸਿੰਘ ਬਾਹਰ ਨਹੀਂ ਜਾਣਾ ਚਾਹੀਦਾ, ਉਹਦੇ ਨਾਲ ਮਾਰਿਆ, ਉਹ ਕਾਤਲ ਆ ਪੂਰਾ ਹਰਦੀਪ ਸਿੰਘ ਦਾ। ਹਾਂਜੀ ਆਂਟੀ ਜੀ, ਪੁਲਿਸ ਦੀ ਜਿਹੜੀ ਆ ਹਰਦੀਪ ਸਿੰਘ ਦੇ ਕਤਲ ਨੂੰ ਲੈ ਕੇ ਕੀ ਕਾਰਵਾਈ ਆ ਹੁਣ ਤੱਕ? ਕੋਈ ਗ੍ਰਿਫਤਾਰ ਕੀਤਾ ਗਿਆ ਬੰਦਾ? ਨਹੀਂ ਅਜੇ ਨਹੀਂ ਕੀਤਾ ਗਿਆ। ਕੀ ਮੰਗ ਕਰਦੇ? ਇਹੋ ਮੰਗ ਕਰਦੇ ਆ ਵੀ ਇਹਨਾਂ ਨੇ ਬੱਚਾ ਮਾਰਤਾ ਹੈ, ਇਹਦਾ ਮੁੱਲ ਪੈ ਜਾਵੇ, ਇਹਨੂੰ ਪਹਿਲਾਂ ਕਰਨਾ। ਅੱਛਾ। ਕੋਈ ਇੱਕ ਦੱਸਣ ਦੇ ਵਿੱਚ ਲੱਗਦਾ ਵੀ ਇੱਕ ਮੁੰਡਾ ਇਹਨਾਂ ਦਾ ਬਾਹਰੋਂ ਵੀ ਆਇਆ ਸੀਗਾ ਜਿਹਦਾ ਕਤਲ ਦੇ ਵਿੱਚ ਹੱਥ ਦੱਸਦੇ ਆ ਤੇ ਉਹ ਸੁਣ ਦੇ ਵਿੱਚ ਆਇਆ ਵੀ ਕਹਿੰਦੇ ਵੀ ਉਹ ਬਾਹਰ ਜਾਣ ਨੂੰ ਫਿਰ ਰਿਹਾ ਹੈ। ਹਾਂਜੀ। ਕੀ ਮੰਗ ਕਰਦੇ ਜੋ? ਇਹੋ ਮੰਗ ਕਰਦੇ ਆ ਵੀ ਉਹਨੂੰ ਬਾਹਰ ਨਹੀਂ ਜਾਣ ਦੇਣਾ, ਉਹਨੂੰ ਫੜਨ ਪਹਿਲਾਂ ਕਿਉਂ ਇਹਨੇ ਜੋ ਕੀਤਾ ਉਹਨੇ ਕੀਤਾ। ਅੱਛਾ। ਹਾਂਜੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਹੁਣ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਹੈ ਤੇ ਪਰਿਵਾਰ ਨੇ ਵੀ ਅੰਤਿਮ ਸੰਸਕਾਰ ਕੀਤਾ। ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਨਸਾਫ ਮਿਲਣਾ ਚਾਹੀਦਾ। SHO ਸਾਹਿਬ, ਕਤਲ ਕੀਤੇ ਨੌਜਵਾਨ ਹਰਦੀਪ ਸਿੰਘ ਦਾ ਅੱਜ ਜਿਹੜਾ ਅੰਤਿਮ ਸੰਸਕਾਰ ਹੈ ਜਿਹੜਾ ਕਰ ਦਿੱਤਾ ਗਿਆ ਹੈ, ਪਰਿਵਾਰ ਕਹਿ ਰਿਹਾ ਹੈ ਕਿ ਪੁਲਿਸ ਵੱਲੋਂ ਜਿਹੜਾ ਆ ਇਹਨਾਂ ਦੀਆਂ ਗ੍ਰਿਫਤਾਰੀਆਂ ਅੱਜ ਤੱਕ ਕੀਤੀਆਂ ਨਹੀਂ ਜਾ ਰਹੀਆਂ, ਕੀ ਕਾਰਨ ਹੈ ਤੇ ਕੀ ਪੁਲਿਸ ਵੱਲੋਂ ਜਿਹੜੀ ਆ ਮੁੱਢਲੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ? ਤਫਤੀਸ਼ ਚ ਕੀਤੀ ਜਾ ਰਹੀ ਆ, ਰੇਡ ਕਰ ਰਹੇ ਆ, ਘਰੋਂ ਅਜੇ ਭਗੌੜੇ ਆ ਜੀ, ਇਹਨਾਂ ਦੇ ਹਾਈਡ ਆਊਟਸ ਬਾਰੇ ਪਤਾ ਕਰਕੇ ਸਾਰੇ ਕਰਕੇ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਜਿਹੜਾ ਪਰਿਵਾਰ ਕਹਿ ਰਿਹਾ ਵੀ ਇੱਕ ਲੜਕਾ ਜਿਹੜਾ ਨੌਜਵਾਨ ਸ਼ਮਸ਼ੇਰ ਸਿੰਘ ਹੈ ਉਹ ਬਾਹਰੋਂ ਆਇਆ ਹੈ, ਹੋ ਸਕਦਾ ਹੈ ਉਹ ਬਾਹਰ ਜਿਹੜਾ ਵਾਪਸ ਚਲ ਜਾਵੇ ਪੁਲਿਸ ਦੀ ਗ੍ਰਿਫਤ ਚੋਂ ਪਹਿਲਾਂ ਹੀ। ਉਹਦਾ ਅਸੀਂ ਜਲਦੀ ਜਿਹੜਾ LOC ਜਾਰੀ ਕਰਾ ਦੇਵਾਂਗੇ, ਜਦੋਂ ਬਾਹਰ ਨਹੀਂ ਗਿਆ ਤਾਂ ਜਿੱਥੇ ਵੀ ਏਅਰਪੋਰਟ ਤੇ ਹੋਏਗਾ ਉਹਦੇ ਸੰਬੰਧ ਵਿੱਚ ਜਿਹੜੀ ਆ। ਭਿਖੀਵਿੰਡ ਤੋਂ ਰਿੰਪਲ ਗੋਲਨ ਦੀ ਰਿਪੋਰਟ, ਰੋਜ਼ਾਨਾ ਸਪੋਕਸਮੈਨ TV।